ਦੇ ਬਾਹਰ ਕਾਰ ਖਲੋਤੀ ਉਹ ਮੈਂ ਜਾ ਕੇ ਚਾਬੀ ਲਾਉਂ ਠੀਕ ਹੈ ਯਾਰ ਕਰ ਲਵੇ ਕੀ ਹਾਂ ਗੱਲ ਕੀ ਹੋਇਆ ਜੀ ਕਬਰਸਤਾਨ ਦੇ ਬਾਹਰ ਆਪੇ ਕਬਰ ਨੂੰ ਜੱਫੀ ਪਾ ਕੇ ਰੋਈ ਜਾਵੇ ਅੱਬਾ ਜੀ ਮੈਨੂੰ ਮਾਫ ਕਰ ਦਿਓ ਅੱਜ ਮੈਂ ਤੁਹਾਡੀ ਕਬਰ ਤੇ ਆਇਆ ਅੱਬਾ ਮੈਨੂੰ ਮਾਫ ਕਰ ਦਿਓ ਉਹ ਗੋਰਖਨ ਕਹਿੰਦਾ ਓਏ ਬਸ਼ੀਰ ਦਾ ਪੁੱਤਰ ਕਹਿੰਦਾ ਉਹ ਕਹਿੰਦਾ ਉਹਦੀ ਕਬਰ ਅਗਲੀ ਹੋ ਗੁੱਸਾ ਕਰ ਗਿਆ ਮੈਂ ਗੁੱਸਾ ਕਰ ਕੇ ਗੱਲ ਕਰ ਕਬਰਸਤਾਨ ਦੇ ਬਾਹਰ ਕਾਰ ਖਲੋਤੀ ਉਹ ਜਾ ਕੇ ਚਾਬੀ ਲਾਉਣ ਦਿਓ ਮਾਲਕ ਆ ਕਹਿੰਦਾ ਕਿੱਧਰ ਕਹਿੰਦਾ ਮੈਂ ਸਮਝਿਆ ਬਾਜੀ ਤੁਸੀਂ ਹੋਰੇ ਮਰ ਗਏ ਆਈ ਸੇ ਗੈਟ ਆਊਟ ਜਸਟ ਗੈਟ ਆਊਟ जमाना नहीं रहा भाई जी साडे पिंड एक कुड़ी सी भाई जी शुक्र है भाई हज ते चली गई पागल ना बना वापस आ गई इधर आ जा ਸਾਡੇ ਪਿੰਡ ਇੱਕ ਕੁੜੀ ਸੀ ਭਾਈ ਜੀ ਹਾਂਜੀ ਬੜੀ ਅੱਛੀ ਕੁੜੀ ਕਦੀ ਘਰੋਂ ਬਾਹਰ ਨਹੀਂ ਸੀ ਜਾਂਦੀ ਅੱਛਾ ਬਸ ਉਹਦੇ ਦੋਸਤ ਉਹਨੂੰ ਘਰ ਮਿਲਣ ਆਉਂਦੇ ਸਨ ਅੱਛਾ ਮੀਆਂ ਵਾਲੀ ਦੇ ਬੰਦੇ ਸਰਗੋਧੇ ਦੇ ਜਵਾਨ ਜਵਾਨ ਸੋਹਣੇ ਸੋਹਣੇ ਬੰਦੇ ਅੱਛਾ ਇੱਕ ਦਿਨ ਘਰ ਆਏ ਉਹਦੇ ਸਾਰੇ ਦੋਸਤ ਮਿਲਣ ਅੱਛਾ ਬਸ ਬੈਠੇ ਮਨੋਰੰਜਨ ਚੱਲਣ ਡਿਆ ਸੀ ਅੱਛਾ ਉਸ ਕੁੜੀ ਦਾ ਭਰਾ ਆ ਗਿਆ ਫੇਰ ਬੰਦੇ ਡਰ ਕੇ ਖਲੋ ਗਏ ਸਾਰੇ ਹੀ ਅੱਛਾ ਉਹਦੇ ਭਰਾ ਨੇ ਬੰਦਿਆਂ ਨੂੰ ਵੇਖਿਆ ਔਰ ਕਹਿੰਦਾ ਬੈਠੋ ਬੈਠੋ ਲਿਆ ਡਾਲਾ बड़ियां कमजोर ने करो खुदा बोरी चुक ली मैनू आहो अन्नी ते नहीं हो गई अन्नी ते हो गई है तेरे प्यार इच हैं जी हाँ की कह रहे हो ताड़े इश्के च अन्नी हो गई है मेरे इश्के च जी ताड़े शोरूम दे बाहर केड़ी कुड़ी खलोंदी है ਤੁਸੀਂ ਖਲਾਉਂਦੇ ਹੋ ਖਾਦਮ ਅੱਛਾ ਜੀ ਹਾਂ ਜੀ ਤੇ ਹੁਕਮ ਕਰੋ ਕੀ ਆਰਡਰ ਹੈ ਹੁਕਮ ਕੁਛ ਨਹੀਂ ਅਰਜ਼ ਕਰ ਸਕਦੇ ਤੁਹਾਡਾ ਇਸ਼ਕ ਹੋ ਗਿਆ ਤੁਹਾਡਾ ਵਿਆਹ ਕਰਨਾ ਚਾਹੀਦਾ ਨਾ ਕਰ ਮੈਂ ਇੰਨੇ ਜੋਗਾ ਨਹੀਂ ਤੇਰੀ ਬੜੀ ਮਿਹਰਬਾਨੀ ਸੱਚ ਬੋਲ ਪਛਾਣੇ ਮੈਨੂੰ ਲਾਲ ਗੱਡੀ ਅੱਛਾ ਅੱਛਾ ਲਾਲ ਗੱਡੀ ਤੁਹਾਡੀ ਆਹੋ ਅੱਛਾ 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 ਹਾਂ ਮੈਂ ਵੇਖੀ ਕੋਈ ਨਹੀਂ ਆਵੇਂ ਅੰਦਾਜ਼ਾ ਹੀ ਲਾਇਆ ਕਾਲੀ ਗੱਡੀ ਤੁਹਾਡੀ ਹੈ ਨਾ ਜੀ ਜੀ ਮੈਂ ਅੰਦਾਜ਼ਾ ਨਹੀਂ ਲਾਇਆ ਮੈਨੂੰ ਪਤਾ ਤੇਰੀ ਗੱਡੀ ਕਾਲੀ ਹੈ ਸ਼ੋਰੂਮ ਦੇ ਬਾਹਰ ਖਲੋਤੀ ਹੁੰਦੀ ਹੈ ਨਾ ਅੱਛਾ ਮੇਰੀ ਗੱਲ ਸੁਣੋ ਜੀ ਜੀ ਤੁਸੀਂ ਨਾ ਸ਼ਾਮ ਨੂੰ ਮੈਨੂੰ ਪੀਸੀ ਮਿਲਣ ਆਣਾ ਹੈ ਜੀ ਸ਼ਾਮ ਨੂੰ ਤੁਸੀਂ ਮੈਨੂੰ ਪੀਸੀ ਮਿਲਣ ਆਣਾ ਹੈ ਇਹ ਜਗ੍ਹਾ ਬਦਲ ਲਓ ਜੀ ਕਿਉਂ ਮੈਨੂੰ ਉਹਨਾਂ ਨੇ ਵੜਨ ਨਹੀਂ ਦੇਣਾ ਵੜਨ ਦੇਣ ਕੇ ਤੁਸੀਂ ਫਿਕਰ ਨਾ ਕਰੋ ਸ਼ਾਮ ਨੂੰ 8 ਵਜੇ ਜੀ ਜੀ ਠੀਕ ਹੈ 8 ਵਜੇ ਪੀਸੀ 8 ਵਜੇ ਪੀਸੀ ਤੁਹਾਡੇ ਕੋਲ ਆਵਾਂ ਨਾ ਜੀ ਮੈਂ ਬਿਲਕੁਲ ਤਿਆਰੀਆਂ ਤਿਆਰੀਆਂ ਕਰ ਲਾਂ ਪੱਕੀ ਗੱਲ ਹੈ ਜੀ ਜੀ ਸ਼ੁਕਰ बस केनु की दसा मेरी सास ने मेरा बेड़ा गरक कर दिता ओने मेरे मंशूर अगे पीछे कर देते ने अच्छा आज तो मायूसी खत्म आज शाम आपने मुझे 9 बजे पीसी में मिलने आना सच कह रही हो हाँ। झूठ तो नहीं बोल रही नहीं ठीक है 9 बजे मैं झूठ बोलूं तो जानू आप मर जाए बहुत अच्छे मारी मिलू ही ले मैं आपको 9 बजे 9 बजे पीसी ओके 9 बजे पहुंच जाई ओ ना होवे मैं उसे पीसी किसी दी टीसी कर लापा
ਚਲੋ ਜੀ ਤਿੰਨਾਂ ਦਾ ਤੇ ਕੰਮ ਹੋਇਆ, ਇੱਕ ਬੰਦਾ ਰਹਿੰਦਾ। ਉਹ ਤੂੰ ਘੜੀ ਮੁੜੀ ਆ ਜਾਂਦੀ, ਤੈਨੂੰ ਕਿਸੇ ਨੇ ਦੱਸਿਆ ਵੀ ਮੈਂ ਕੁਛ ਖਾ ਕੇ ਫਿਰਦੇ ਆ ਵੀ ਤੇਰੇ ਕੋਲੋਂ ਰੋਟੀ ਦੇ ਪੈਸੇ ਨਹੀਂ ਮੰਗਣ ਲੱਗਾ ਹੈ ਜੀ। ਜਨਾਬ ਇਹਦਾ ਭਾਨ ਦਿਓ, ਉਹਨੇ ਮੈਨੂੰ 750-750 ਦੇ ਦੋ ਦੇ। ਸ਼ੇਖ ਬੜੀ ਸਖੀ ਕੌਮ ਹੀ। ਅੱਛਾ, ਇੱਕ ਸ਼ੇਖ ਸਾਹਿਬ ਦੇ ਘਰੋਂ ਬਿੱਲੀ ਉਹਨਾਂ ਦਾ ਦੁੱਧ ਪੀ ਗਈ। ਫੇਰ ਕੀ, ਉਹਨਾਂ ਨੇ ਬਿੱਲੀ ਪਿਛਲੇ ਕਮਰੇ 'ਚ ਵਾੜ ਕੇ ਚੋ ਲਈ। ਸ਼ਾਮ ਨੂੰ 10 ਵਜੇ ਤੁਸੀਂ ਕੀ ਕਰ ਰਹੇ ਹੋ? ਮੈਂ ਤਾਂ ਕੁਛ ਵੀ ਨਹੀਂ, ਸੌ ਹੀ ਜਾਂਦਾ ਤੇ ਉੱਠ ਹੀ ਜਾਂਦਾ। ਅੱਛਾ, ਫਿਰ ਇੰਜ ਕਹਿੰਦੇ ਤੁਸੀਂ ਪੀਸੀ ਆਣਾ? ਉੱਥੇ ਕੀ, ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਉੱਥੇ। ਮੈਂ ਆਉਣਾ? ਆਹੋ। ਅੱਛਾ, ਮੈਂ ਫਿਰ ਕੁਛ ਖਾਵਾਂ ਤੇ ਨਾਨਾ? ਉੱਥੇ ਖਾਣਾ ਹੀ ਖਾਣਾ ਹੈ, ਕੁਛ ਨਾ ਖਾ ਕੇ ਆਣਾ। ਉੱਥੇ ਖਾਣਾ? ਆਹੋ। ਅੱਛਾ, ਫਿਰ ਨਹੀਂ ਖਵਾਉਣਾ ਨਾ ਕੁਛ ਵੀ, ਉਹ ਨਾ ਹੋਵੇ ਵਿੱਚ ਉਲਟੀਆਂ ਕਰਦਾ ਹੋਵਾਂ। ਠੀਕ ਹੈ, ਪੀਸੀ ਆ ਰਿਹਾ ਮੈਂ। ਪੀਸੀ? ਹਾਂਜੀ, ਪੱਕੀ ਗੱਲ ਹੈ? ਪੱਕੀ ਗੱਲ ਹੈ। ਤੁਸੀਂ ਉੱਥੇ ਜਾਣੋ, ਤੁਹਾਡਾ ਵੇਟ ਕਰਾਂਗੇ। ਠੀਕ ਹੈ, ਆਪਾਂ ਠੀਕ ਹੈ, ਤੁਸੀਂ ਉੱਥੇ ਪਹੁੰਚੋ ਤੇ ਮੈਂ ਵੀ ਆ ਰਿਹਾ ਹੋਵਾਂ ਤੁਹਾਡੇ ਕੋਲ। ਬਸ ਕਰਦੇ, ਦਾਲ ਛੱਡ ਦਿਓ, ਬਾਹਰ ਦੀਆਂ ਬਿਰਿਆਨੀਆਂ ਖਾਓ, ਮੌਜ ਲੱਗ ਜਾਣੀ ਅੱਜ। ਲਾਰਾ ਬਿਰਿਆਨੀ, ਮੈਂ ਅੱਜ ਕਲੋਜ਼ਿੰਗ ਬੈਂਕ ਜਾ ਰਿਹਾ। ਨਹੀਂ, ਤੁਸੀਂ ਅੱਜ ਬੈਂਕ ਨਹੀਂ ਜਾਣਾ। ਵਜਾ? ਮੈਂ ਤੁਹਾਡੇ ਨਾਲ ਕੰਮ ਹੈ। ਕੀ ਮਤਲਬ? ਮੈਂ ਅੱਜ ਤੁਹਾਡੀ ਖਾਤਰ ਆਪਣੀ ਸ਼ੂਟਿੰਗ ਕੈਂਸਲ ਕਰਾਈ ਹੈ। ਅੱਛਾ ਜੀ? ਹਾਂਜੀ। ਵਾਹ ਮੇਰੇ ਰੱਬਾ ਜੀ, ਬਾਹਰ ਦੀ ਬਿਰਿਆਨੀ ਨਸੀਬ ਹੋਣ ਲੱਗੀ ਤੇ ਘਰ ਦੀ ਦਾਲ ਗਰਮ ਹੋ ਗਈ, ਦੱਸੋ ਯਾਰ। ਕੀ ਮਤਲਬ? ਜਾਨੂੰ ਅੰਦਰ ਆ ਕੇ ਮੇਰੀ ਗੱਲ ਸੁਣ। ਮੇਰੀ ਗੱਲ ਸੁਣੋ, ਮੈਂ ਕਹਿੰਦਾ ਤੁਹਾਡੇ ਨਾਲ ਕੱਲਿਆਂ ਗੱਲ ਕਰ, ਮੱਖਣ ਦਾ ਤੜਕਾ ਲਾ ਕੇ ਤੇ ਛੋਟਾ ਛੋਟਾ ਅਦਰਕ ਕੱਢਾਂਗੇ।